ਇਹ ਗਿਆ ਆਪਣਾ ਜੀਤੋਂ ਪਾਕਿਸਤਾਨ ਚ ਹਾਂ ਉਹਨੂੰ ਜਾ ਕੇ ਫਾਜ਼ ਮੁਸਤਫਾ ਕਹਿੰਦਾ ਕੌਣ ਸਾ ਡੱਬਾ ਖੋਲੇ ਤੇ ਘਬਰਾ ਕਹਿੰਦਾ ਰੋਟੀ ਆ ਔਰ ਇਹ ਜਿੱਡੀ ਵੱਡੀ ਆਵਾਜ਼ ਮਸ਼ਹੂਰ ਆਂਦੀ ਹੈ ਨਾ ਇਹ ਜਿਹੜੀ ਪਿੱਛੇ ਉਹ ਇਹਦੀ ਲੈ 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 ਉਹਦੇ ਕੋਲ ਛੋਟੇ ਨੇ ਦਹਾਉ ਜ਼ਰਾ ਇਹ ਮੈਂ ਨਾ ਚੁੰਗਦਾ ਰਿਆਂ ਤੇ ਉਹ ਨਿਕਲ ਗਿਆ ਹਾਂ ਨਹੀਂ ਚੁੰਗ ਨਹੀਂ ਰਹੇ ਤੁਸੀਂ ਮੈਂ ਇੰਜਨ ਕਰਦਾ ਰਿਆਂ ਨਹੀਂ ਉਹ ਜਿਹੜਾ ਹੈ ਨਾ ਨਹੀਂ ਉਹ ਇਹ ਚਾਬੀ ਜਿਹੜੀ ਅੱਛਾ ਗੱਲ ਇਹ ਹੈਗੀ ਖਾਨ ਸਾਹਿਬ ਮੈਂ ਹੁਣ ਤੁਹਾਨੂੰ ਹਕੀਕਤ ਜਿਹੜਾ ਵਾਕਿਆ ਸੁਣਾਉਣ ਲੱਗਾ ਮੇਰੇ ਨਾਲ ਇਹ ਫੈਸਲਾਬਾਦ ਦੀ ਲਓ ਜੀ ਅੱਜ ਤੁਹਾਨੂੰ ਵਾਕਿਆ ਸੁਣਾਈਏ ਕਿ ਰੰਗੀਲੇ ਦੇ ਵਾਜੇ ਵਾਲੇ ਦੀ ਵਜ੍ਹਾ ਮੈਂ ਬਣਿਆ ਹਾਂ ਇਹ ਹੀ ਬਣਿਆ ਠੀਕ ਹੈ ਜੀ ਇਹ ਉਹ ਕਾਤਲ ਹੈ ਨਾ ਲਵਾਂ ਤਾਂ ਸ਼ਾਇਦ ਨਾਰਾਜ਼ ਹੋ ਜਾਣੋ ਕਹਿੰਦੇ ਜੀ ਹਸਨ ਮੁਰਾਦ ਸਾਹਿਬ ਹੋ ਗਏ ਨੇ ਸ਼ਾਜ਼ਮ ਮਿਰਜ਼ਾ ਕਰ ਲਿਆ ਜੀ ਇੱਕ ਫਲਾਣਾ ਵੀ ਕਰ ਲਿਆ ਜੀ ਹੈ ਜੀ ਤੇ ਇਹ ਵੀ ਕਰ ਲਿਆ ਤੇ ਇਹ ਵੀ ਕਰ ਲਿਆ ਉਹ ਕਹਿੰਦੇ ਉਹ ਮੈਨੂੰ ਕਾਸਟ ਗਿਣਾਓ ਮੈਨੂੰ ਲਾਸ਼ਾਂ ਨਾ ਗਿਣਾਓ ਤੇ ਸਫਦਰ ਸਾਹਿਬ ਨੇ ਸਾਡੇ ਫੈਸਲਾਬਾਦ ਦੇ ਉਹਨਾਂ ਕਹਿੰਦੇ ਜੀ ਉਹ ਫਲਾਣੀ ਕੁੜੀ ਤੇ ਸ਼ਾਹਲ ਖਾਂ ਵੀ ਹੈ ਕਹਿੰਦੇ ਅੱਛਾ 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 ਅਲੀ ਜ਼ੇਬ ਮੰਨ ਗਏ ਨੇ ਲੈ ਅਲੀ ਜ਼ੇਬ ਬਿਸਮਿਲਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ ਦੋਸਤੋ ਮੈਂ ਹਾਂ ਅਹਿਮਦ ਰੰਗੀਲਾ ਤੁਸੀਂ ਦੇਖ ਰਹੇ ਹੋ ਫਸਟ ਵਨ ਟੀਵੀ ਪ੍ਰੋਗਰਾਮ ਮਸਕਰੀਆਂ ਦੇ ਨਾਲ ਮੈਂ ਅੱਜ ਐਸੀ ਸ਼ਖਸੀਅਤ ਦੇ ਨਾਲ ਹਾਂ ਜਿਹੜੀ ਕਿਸੇ ਤਾਰਫ ਦੀ ਮੁਹਤਾਜ ਨਹੀਂ ਮੇਰੀ ਮੁਰਾਦ ਸ਼ਾਹਲ ਖਾਨ ਸਾਹਿਬ ਅਸਲਾਮ ਅਲੈਕੁਮ ਸ਼ਾਹਲ ਖਾਨ ਸਾਹਿਬ ਸਰ ਅਹਿਮਦ ਰੰਗੀਲਾ ਸਾਹਿਬ ਅਲਹਮਦੁਲਿਲਾ ਜੀ ਠੀਕ ਠਾਕ ਹੋ ਸਰ ਜੀ ਅਲਹਮਦੁਲਿਲਾ ਅੱਲਾਹ ਪਾਕ ਦਾ ਬੜਾ ਆਸਾਨ ਤਰਸੋ ਦੀ ਜ਼ਾਤ ਦਾ ਤੇ ਕੀ ਸ਼ੁਗਲ ਮੇਲਾ ਅੱਜ ਕੱਲ੍ਹ ਹੋ ਰਿਹਾ ਸ਼ੁਗਲ ਮੇਲਾ ਜੀ ਮਾਸ਼ਾਅੱਲਾ ਇਹੋ ਹੀ ਮਹੀਨਾ ਸੀ ਪਿਛਲੇ ਸਾਲ ਵੀ ਤੇ ਲਾਕਡਾਊਨ ਹੀ ਚੱਲ ਰਿਹਾ ਤੇ ਅੱਲਾਹ ਪਾਕ ਸਭ ਨੂੰ ਆਪਣੇ ਹਿਫਜ਼ੋ ਇਮਾਨ 'ਚ ਰੱਖੇ ਤੇ ਆਪਣੇ ਘਰਾਂ 'ਚ ਸ਼ਾਦੋ ਆਬਾਦ ਰੱਖੇ ਆਮੀਨ ਤੇ ਸਭ ਨੂੰ ਇਸ ਮੋਜ਼ੀ ਬਰਸ ਤੋਂ ਬਚਾਵੇ ਅੱਲਾ ਮੀਆਂ ਅੱਛਾ ਖਾਨ ਸਾਹਿਬ ਮੈਨੂੰ ਇਸ ਗੱਲ ਦੀ ਸਮਝ ਹੀ ਨਹੀਂ ਆਉਂਦੀ ਕਿ 6 ਵਜੇ ਦੁਕਾਨਾਂ ਬੰਦ ਕਰਾਉਂਦੇ ਨੇ ਇਹ ਕਰੋਨਾ ਕਦੋਂ 6 ਵਜੇ ਛੁੱਟੀ ਕਰਕੇ ਆਉਂਦਾ ਕੀ ਚੱਕਰ ਹੈ ਨਹੀਂ ਕੋਈ ਹਕੂਮਤ ਦੀ ਸਟ੍ਰੈਟਜੀ ਹੈ ਜੀ ਹਾਂਜੀ ਉਹ ਹੀ ਸਮਝਦੇ ਨੇ ਬਾਕੀ ਕਰੋਨਾ 11 ਵਜੇ ਵੀ ਕਰੋਨਾ ਹੀ ਹੈ ਤੇ 6 ਵਜੇ ਵੀ ਕਰੋਨਾ ਹੀ ਹੈ ਬਿਲਕੁਲ ਇਹ ਫੀਲਡ ਦੇ ਵਿੱਚ ਆਉਣ ਦਾ ਰੁਝਾਨ ਕਿਵੇਂ ਹੋਇਆ ਹੈ ਇਹ ਇੱਕ ਜੀ ਸੱਚੀ ਮੁੱਚੀ ਵਾਕਿਆ ਹੈ ਸਾਨਿਆ ਹੈ ਜੀ ਮੈਂ ਕ੍ਰਿਕਟਰ ਸੀ ਜੀ ਜੀ ਜੈਸਾ ਕਿ ਤੁਹਾਨੂੰ ਪਤਾ ਵੀ ਹੈ ਕਿ ਤੁਸੀਂ ਮੈਨੂੰ ਵੇਖਿਆ ਕ੍ਰਿਕਟ ਖੇਡਦੇ ਆ ਜੀ 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 ਕ੍ਰਿਕਟ ਖੇਡਦਾ ਤੇ ਕੁਝ ਕ੍ਰਿਕਟ ਤੋਂ ਬਾਜ਼ਦਾਨ ਹੋ ਗਿਆ ਤੁਹਾਨੂੰ ਪਤਾ ਪਾਕਿਸਤਾਨ 'ਚ ਦੋ ਤਰੀਕੇ ਨਾਲ ਕੰਮ ਹੁੰਦਾ ਜਾਂ ਤੁਹਾਡੇ ਕੋਲ ਪੈਸਾ ਬਹੁਤ ਹੋਵੇ ਹਾਂਜੀ ਜਾਂ ਤੁਹਾਡੇ ਕੋਲ ਸਿਫਾਰਿਸ਼ ਹੋਵੇ ਬਿਲਕੁਲ ਤੇ ਪੈਸਾ ਵੀ ਹੈ ਨਹੀਂ ਸੀ ਤੇ ਸਿਫਾਰਿਸ਼ ਹੈ ਸੀ ਉਹ ਮੈਂ ਕਰਵਾਉਂਦਾ ਨਹੀਂ ਸੀ ਆਬਦ ਖਾਨ ਸਾਹਿਬ ਦੀ ਤੇ ਉਹ ਕ੍ਰਿਕਟ ਤੋਂ ਦਿਲ 'ਚ ਆਊਟ ਹੋਇਆ ਮੇਰਾ ਤੇ ਫਿਰ ਨਾ ਮੈਂ ਆਪਣੇ ਦੋਸਤਾਂ ਨਾਲ ਫਿਰਦਾ ਟੁਰਦਾ ਰਿਹਾ ਮੇਰਾ ਇੱਕ ਦੋਸਤ ਸੀ ਅੱਲਾ ਜਨਤਾ 'ਚ ਕਾਰ ਕਰੇ ਮੁਜੱਦਦ ਮਿਰਜ਼ਾ ਉਹ ਮੈਨੂੰ ਸ਼ੋਜ਼ ਦੇ ਵਿੱਚ ਲੈ ਜਾਂਦਾ ਸੀ ਮੈਂ ਕੰਪੇਅਰਿੰਗ ਦਾ ਮੈਨੂੰ ਬੜਾ ਸ਼ੌਕ ਸੀ ਕਿਉਂਕਿ ਮੈਂ ਭਾਵੇਂ ਨਾਬ ਦੀ ਕੰਪੇਅਰਿੰਗ ਦਾ ਬਹੁਤ ਫੈਨ ਸੀ ਬਹੁਤ ਮੱਦਾ ਸੀ ਤੇ ਮੈਂ ਕੰਪੇਅਰਿੰਗ ਸ਼ੁਰੂ ਕਰ ਦਿੱਤੀ ਗਰੁੱਪਾਂ ਦੇ ਵਿੱਚ ਤੇ ਫਿਰ ਇਸੇ ਤਰ੍ਹਾਂ ਹੀ ਦੋਸਤ ਸੀ ਇੱਕ ਜ਼ੁਲਫੀ ਮਿਰਜ਼ਾ ਸੀ ਸ਼ਕੀਲ ਸੀ ਇੱਕ ਲੜਕਾ ਫਿਰ ਗੋਸ਼ੀ ਟੂ ਰਫਾਕਤ ਸ਼ਾਹ ਇਹ 4-5 ਦੋਸਤ ਸਨ ਮੇਰੇ ਤੇ ਇਹ ਥੀਏਟਰ ਕਰਨਾ ਚਾਹੁੰਦੇ ਸਨ ਸ਼ੌਕ ਸੀ ਇਹਨਾਂ ਨੂੰ ਤੇ ਗੋਸ਼ੀ ਟੂ ਫਿਰ ਮੈਨੂੰ ਘਰੋਂ ਲੈ ਕੇ ਜਾਂਦਾ ਸੀ ਉਹ ਮੇਰੇ ਜਾਣ ਦਾ ਉਹਨਾਂ ਨੂੰ ਫਾਇਦਾ ਇਹ ਹੁੰਦਾ ਸੀ ਕਿ ਉਹਨਾਂ ਨੂੰ ਗੇਟ ਤੇ ਕੋਈ ਰੋਕਦਾ ਨਹੀਂ ਸੀ ਉਹਨਾਂ ਨੂੰ ਅੰਦਰ ਜਾਣ ਦਿੰਦੇ ਸੀ ਉਹ ਸਾਰਿਆਂ ਨੂੰ ਆਬਦ ਖਾਨ ਦਾ ਭਰਾ ਹੈ ਖਾਨ ਸਾਹਿਬ ਦਾ ਤੇ ਉਹ ਜੀ ਬਿਸਮਿਲਲਾ ਜੀ ਆ ਜਾਓ ਆ ਜਾਓ ਅੱਲਾ ਜਨਤਾ ਚ ਕਾਰ ਕਰੇ ਜ਼ਫਰ ਬਲੋਚ ਸਾਹਿਬ ਜਿਨ੍ਹਾਂ ਨੇ ਸਭ ਤੋਂ ਪਹਿਲੇ ਮੈਨੂੰ ਵੈਲਕਮ ਕੀਤਾ ਮੈਂ ਉਹਨਾਂ ਨੂੰ ਦੱਸਿਆ ਜਾ ਕੇ ਜੀ ਕਿ ਮੈਂ ਆਬਦ ਖਾਨ ਸਾਹਿਬ ਦਾ ਭਾਈ ਹਾਂ ਅੰਦਰ ਲੈ ਕੇ ਵਿੰਗ 'ਚ ਉਸ ਵੇਲੇ ਵਿੰਗ 'ਚ ਜਾਣਾ ਤੁਹਾਨੂੰ ਪਤਾ ਬੜੀ ਗੱਲ ਸੀ ਬੜੀ ਗੱਲ ਤੇ ਉਹ ਅੰਦਰ ਲੈ ਗਏ ਡਰਾਮਾ ਵੀ ਵਹਾਇਆ ਦੂਜੇ ਦਿਨ ਫੇਰ ਮੈਂ ਡਰਾਮਾ ਦੇਖਣ ਚਲਾ ਗਿਆ ਤੀਜੇ ਦਿਨ ਮੈਨੂੰ ਕਹਿੰਦੇ ਬੇਟੇ ਐਡਾ ਵੀ ਨਹੀਂ ਭਰਾ ਮਿਲਣਾ ਸਾਡਾ ਖਾਨ ਸਾਹਿਬ ਕੋਈ ਇਜਾਜ਼ਤ ਲੈ ਦੇ ਤੇ ਜੋ ਮਰਜ਼ੀ ਕਰ ਫਿਰ ਉੱਥੋਂ ਸਿਲਸਿਲਾ ਸ਼ੁਰੂ ਹੋਇਆ ਫਿਰ ਇੱਕ ਮੇਰਾ ਦੋਸਤ ਸੀ ਉਹਦਾ ਨਾਂ ਨਹੀਂ ਲਵਾਂਗਾ ਤੇ ਉਹਨੇ ਮੈਨੂੰ ਮਿਹਣਾ ਦਿੱਤਾ ਜੀ ਕਿ ਜੀ ਇਹ ਆਬਦ ਖਾਨ ਦਾ ਭਰਾ ਹੈ ਤੇ ਵੇਖੋ ਅਸੀਂ ਵੱਡੀ ਟੀਮ 'ਚ ਕੰਮ ਕਰ ਰਹੇ ਹਾਂ ਤੇ ਇਹ ਇੱਥੇ ਹੀ ਖਜਲ ਹੋਣ ਡਿਆ ਉਹ ਤੁਹਾਨੂੰ ਪਤਾ ਜਜ਼ਬਾਤੀ ਮੈਂ ਸ਼ੁਰੂ ਤੋਂ ਹੀ ਸੀ ਮੈਂ ਫਿਰ ਕਿਹਾ ਮੈਂ ਕਿਹਾ ਜੇ ਇਹ ਕਰਨਾ ਤੇ ਫਿਰ ਇਹਨੂੰ ਕਰੀਏ ਬੰਦੇ ਦੇ ਪੁੱਤਰਾਂ ਨੂੰ ਕਰੀਏ ਮੈਂ ਬੈਗ ਬਣਿਆ ਤੇ ਮੈਂ ਲਾਹੌਰ ਆ ਗਿਆ ਮੈਂ ਖਾਨ ਸਾਹਿਬ ਨੂੰ ਆਉਂਦੇ ਹੀ ਕਹਿਤਾ ਮੈਂ ਕਿਹਾ ਜੀ ਮੈਂ ਥੀਏਟਰ ਕਰਨਾ ਚਾਹੁੰਦਾ ਫਿਲਮ ਸਟੇਜ ਕਰਨਾ ਚਾਹੁੰਦਾ ਕਹਿੰਦੇ ਪੁੱਤਰ ਮੈਂ ਇਸ ਕੰਮ ਨੂੰ ਕਦੀ ਵੀ ਬੁਰਾ ਨਹੀਂ ਕਹਾਂਗਾ ਜਿੱਥੋਂ ਮੇਰਾ ਨਾਂ ਬਣਿਆ ਕਹਿੰਦੇ ਮੈਂ ਮਿਊਂਸੀਪਲ ਕਾਰਪੋਰੇਸ਼ਨ 'ਚ ਵੱਡੇ ਫੀਸਰ ਸਨ ਆਬਦ ਖਾਨ ਸਾਹਿਬ ਉਦੋਂ ਤੇ ਗ੍ਰੈਜੂਏਸ਼ਨ ਸਨ ਜੀ ਜੀ ਤੇ ਉਹ ਕਹਿੰਦੇ ਜੇ ਮੈਂ ਇਹਨੂੰ ਬੁਰਾ ਛੱਡ ਕੇ ਆਇਆ ਤੇ ਜੇ ਮੈਂ ਅਫਸਰ ਰਹਿੰਦਾ ਤਾਂ ਸ਼ਾਇਦ ਮੇਰਾ ਨਾਂ ਹੀ ਨਾ ਬਣਦਾ ਬੜੀ ਗੱਲ ਤੇ ਮੈਂ ਪੂਰੀ ਦੁਨੀਆ 'ਚ ਮੇਰਾ ਨਾਂ ਹੋਇਆ ਮੈਂ ਆਪਣੇ ਬੱਚਿਆਂ ਦਾ ਰਿਜ਼ਕ ਕਮਾਉਣਾ ਇੱਥੋਂ ਤੇ ਮੈਂ ਇਹਨੂੰ ਬੁਰਾ ਨਹੀਂ ਕਮਾਂਗਾ ਇੱਕ ਗੱਲ ਜ਼ਿਹਨ 'ਚ ਰੱਖੀ ਇਹ ਘਰ ਹੈ ਤੇਰਾ ਤੈਨੂੰ ਖਾਣਾ ਨਾ ਮਿਲੇ ਤੂੰ ਮੈਨੂੰ ਦੱਸਣਾ ਤੈਨੂੰ ਕੱਪੜਾ ਧੁਲਿਆ ਨਾ ਮਿਲੇ ਮੈਨੂੰ ਦੱਸਣਾ ਤੈਨੂੰ ਬਿਸਤਰ ਅੱਛਾ ਨਾ ਮਿਲੇ ਮੈਨੂੰ ਦੱਸਣਾ ਜੇ ਤੂੰ ਕਹਵੇਂ ਮੈਂ ਕਿਸੇ ਨੂੰ ਤੇਰੀ ਸਿਫਾਰਿਸ਼ ਕਰਾਂ ਇਹ ਨਹੀਂ ਹੋਣਾ ਕਿਆ ਕਹਿੰਦੇ ਉਹ ਫਿਰ ਮੈਂ ਵੀ ਉਹਨਾਂ ਦਾ ਬਲੱਡ ਸੀ ਮੈਂ ਵੀ ਫਿਰ ਸਰ ਸਿਫਾਰਿਸ਼ ਨਹੀਂ ਉਹਨਾਂ ਦੀ ਕਰਾਈ
फिर आरफ वाला मिंचनाबाद मतलब काफ़ी ऐसे इलाके ने जिहड़े असी आजाद कीते ने। खान साहब असी अरसा 10-15 साल तो इकट्ठे काम कर रहे हैं जी 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 ते ए दसो मरन वाले दा दोस्त हुंदा मतलब प्रोग्राम दा नाम मस्करियां असी उस हिसाब नाल चल रहा है ना असी अरसा 15 साल तो इकट्ठे वड्डी ट्राली दा हारन हुंदा गल पता की काम तो करना ही पैंदा और करदे रहे बिल्कुल इंज ही इक सोनू सोच पई हुंदी पैंपर चलवा पाया हुंदा अच्छा तो वह जिंदगी दे कोई ऐसा पार्ट हैगा जेड़ा तुहाडी ख्वाहिश होवे कि ए नहीं मैं कीता है मैं करना जिंदगी च रंगीला साहब गल पता की है जी जी ए है समुंदर जिन्ना विच जाओगे गहराई वधदी जाएगी ए कुछ लोग हुंदे ने कह दिंदे ने मेरे हिसाब ना असी ये काम ही नहीं कीता असी कोशिश की है लोगों को उसान की उहदे च किन्ने कामयाब आ ये लोग ही दस सकते हैं क्योंकि थिएटर का काम जेड़ा ना बड़ा खतरनाक है इहदा ए तुहाडे मूँह गल निकली ते सामने लोग बैठे ने उन्होंने इंसाफ कर दे बेशक बेशक ते कोशिश कीती है लोगों नु म्यारी आसान दी उहदे च किन्ने कामयाब आ ये लोग ही दस सकते ने नहीं नहीं लोग तुहानू बड़ा लव करदे ने बड़ी तुहानू चाहत करदे ने फेमस फनकार हो अच्छा रंगीला साहब जिहड़े ने ना बड़े जॉली ने अज एंकर बन के ना ते वखरा मुतब्बर टाइप होया है हालांकि ना इहदा मूंह मुतब्बर वाला ना 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 कुछ भी नहीं है मतलब एवें ही आमद रंगीला है एक जॉली और एक शरारती शख्सियत का नाम आमद रंगीला ये जो तो काम कर रहा होंगे मैं तो नाल भी खलोता हुआ ना मैं बाइक आउट कैमरे सामने कह रहा कि मैं मेरा दिल करता मैं सामने सोफे से बह के जाके हसा एडा अच्छा फनकार है आमद रंगीला और बेवकूफ है एडा एक तो इन्हें ना रख लिया रंगीला वो सारा कुछ लगता है ये आ गया है एडा बेवकूफ एक दिन चिट्टे रंग का सिगरट पीन दिया मैं कि सिगरट पीन दिया तो भुल गया तो अगो शर्मिंदा होया कहना लट्ठे का लट्ठे का कड़ा सिगरट होंगे वो कंपनी का नाल है और सची मुची भाभी को मार खाधी उन्होंने बड़ा सीरीयस होकर कहता ए बाबर आजम तो वजीर आजम सके भरा नहीं तो एक दिन मैं देखिया कि मक्खियां मार मार के वेंग च खाण दिया वो मैं क्या की करने कहना डॉक्टर साहब ने दसिया परिंदे का गोश्त खाया परिंदे का गोश्त खान साहब ने इतना छोटा जिहा चराग इन्होंने लभ्या इन्होंने वो रगड़िया तो वो छोटा जिहा जिन निकलिया कहता अब्बा घर नहीं आया इन्हू भी चराग लभा इन्हें रगड़िया तो कोई जिन घंटे के बाद आया उधरों कहता वो कहता क्या हुक्म है मेरे आका कहता एड्डी लेट है कहता सरकार इधरों मैं रगड़न दिया पता नहीं तुम आना खान साहब ने एक बार चिराग रगड़िया तो वो जिन निकल आया कहता क्या हुक्म है मेरे आका खान साहब कहते मेरे लिए कीमा करेले लै गए टूल प्लाजे तो आमद रंगीले ने मार खा दी उन्होंने वो पैसे दे के डंडा इंजन हों आप उत्ते बह के झूठे लैन लग यार की बकवास है रोजिया के खान साहब ने शिकंजवी लाई है तो उत्तों पुलिस आ गई है तो छिड़कनी शुरू कर दी बगले का इशारा होंगे इशारे लगे बंदर की यखनी होंगी पालक की आइसक्रीम होंगी अच्छा खान साहब मैं तुहानू नाल नाल असी जुगल मेला भी लाई जावांगे मैं तुहानू जिंदगी दे विच ना जिन्ना मैनू तुहाडे नाल अरसा हो गया काम करदे आ मैं ये देखिया है कि तुसी मतलब जैलस नहीं हैगे किसे फनकार अलहमदुल्लाह ठीक है ना ते दुनिया ते कामयाब बंदा वो हैगा है जिहड़ा किसे कोलों जैलस ना होवे ठीक है आमद रंगीला साहब सच्ची मुच्ची तुसी बड़ी मेहरबानी तुसी ये गल की हां जी हां जी मैं वाकई किसे नू मेरे छोटे मतलब जफरी मेरे हत्थां दा लाया बूटा है जी जी नासर चनेउटी मेरे हत्थां दा लाया बूटा है साजन कैसर पिया तुसी ये वो लोग ने जिन्हां ते सच्ची मुची मेरा प्यार बेशक, बेशक। बहुत ज़्यादा है लेकिन मैं इन्हों वधदा फुलदा हनी अलवेला अरशाद अहमद बड़े ऐसे नाँ ने जिन्हों मैं वधदा फुलदा वेख के मैं खुश ही होया उन्हों को हाँ जी हाँ जी मैं मतलब जैलस नहीं होया उन्हों को बड़ी बात है बड़ी बात मतलब मैं वाहद बंदा वा जिन्हें कभी ये नहीं रफड़ नहीं पाया कि हामद रंगीले की वड्डी फोटो क्यों लगी है तो मेरी छोटी क्यों है हामद रंगीला मैं कहना मेरी सिर्फ ये प्रॉब्लम है मैं कहना जे अल्लाह ने मैंने SHO बनाया ना तो तुम मैं सफाई ना करो नहीं लेकिन खान साहब मैं इस गल नाल तुहाडी नाल इतफाक नहीं करांगा तस्वीर वड्डी छोटी जिहड़ी है ना ये तुसी अपनी फाइट करनी है आओ लेकिन ठीक है ना नहीं तो ये लोग तो मतलब वो है तुसी तुहानू पता ही है फॉर एग्जाम्पल कैसर पीए की मेरे नो डिमांड अच्छी है अगर वो फोटो नहीं वड्डी लगती है जफरी की साजन की तो मैं हाँ ये है
ਕਿ ਜਿਹੜਾ ਮੇਰੇ ਨਾਲੋਂ ਮਤਲਬ ਉਨੀ ਵਰਥ ਨਹੀਂ ਹੈਗੀ ਹਾਂ ਮਤਲਬ ਗੋਸ਼ੀ ਜਦੋਂ ਗੋਸ਼ੀ 2 ਦੀ ਤਸਵੀਰ ਤੁਹਾਡੇ ਨਾਲੋਂ ਵੱਡੀ ਨਹੀਂ ਲੱਗ ਸਕਦੀ ਉਹਦੀ ਵੱਡੀ ਵੀ ਲੱਗੀ ਹੋਵੇ ਤੇ ਛੋਟੀ ਲੱਗਦੀ ਤੇ ਮਤਲਬ ਉਹ ਸ਼ਾਹ ਕੋਟੀਆ ਮੁੰਡਾ ਉਹਦੀ ਤਸਵੀਰ ਨਹੀਂ ਲੱਗ ਸਕਦੀ ਗੋਸ਼ੀ 2 ਨਾਲ ਪਤਾ ਲੱਗਾ ਜੇ ਕੀ ਵਾਕਿਆ ਹੈ ਉਹਨੇ ਟੈਂਡ ਕਰਾ ਲਈ ਗੋਸ਼ੀ 2 ਨੇ ਹਾਂ ਅੱਛਾ ਜੀ ਉਹ ਦੌਲੇ ਸ਼ਾਹ ਦਾ ਚੂਹਾ ਉਹਨਾਂ ਦੇ ਘਰ ਮੰਗਣਾ ਹੈ ਉਲਟਾ ਉਹਨਾਂ ਨੂੰ 20 ਰੁਪਏ ਦੇ ਗਏ ਨਹੀਂ ਟੈਂਡ ਉਹਨੇ ਗਰਮੀ ਦੀ ਵਜ੍ਹਾ ਨਾਲ ਕਰਾਈ ਕੋਈ ਸਾਈਕਲ ਸੂਕਲ ਚੁੱਕਦਾ ਪੜਿਆ ਗਿਆ ਨਹੀਂ ਚੁੱਕਿਆ ਉਹਦੇ ਪੁੱਤਰ ਨੇ ਸੀ ਪੈ ਉਹਦੇ ਤੇ ਓਏ ਹੋ ਗੋਸ਼ੀ ਸਾਹਿਬ ਦਾ ਵੀ ਮੈਨੂੰ ਬੜਾ ਗੋਸ਼ੀ ਤੋਂ ਬੜਾ ਮਜ਼ੇਦਾਰ ਜੀ ਔਰ ਮੈਨੂੰ ਇਸ ਫੀਲਡ ਚ ਲਿਆਉਣ ਵਾਲਾ ਗੋਸ਼ੀ ਟੂ ਹੋਏ ਬੜੀ ਗੱਲ ਹੈ ਮੈਂ ਨਹੀਂ ਸੀ ਆਉਂਦਾ ਲੇਕਿਨ ਉਹ ਜ਼ਿੱਦੇ ਪੈ ਗਏ ਤਾਂ ਤਾਂ ਮੋਟਰਸਾਈਕਲ ਲੈ ਕੇ ਤੇ ਪੰਪ ਤੇ ਚਲੇ ਗਏ ਨੇ ਉਹਨੂੰ ਕਹਿੰਦੇ ਨੇ 20 ਰੁਪਏ ਦਾ ਤੇਲ ਪਾ ਦੇ ਉਹਨੇ ਕਿਹਾ ਯਾਰ ਤੂੰ 20 ਰੁਪਏ ਵਿੱਚ ਹੋਰ ਪਵਾ ਤੇਰਾ ਮੈਂ ਪੰਪ 'ਚ ਸਾਈ ਪਵਾ ਦਿੰਦਾ ਇਹ ਵੀ ਮੋਟਰਸਾਈਕਲ ਲੈ ਕੇ ਉਹਨੂੰ ਕਹਿੰਦਾ ਵੈਪਰ ਮਾਰ ਦੇ ਉਹਨੇ ਫਿਰ ਤੇ ਲੱਕ 'ਚ ਮਾਰੇ ਉਹਨੇ ਕਿਹਾ ਸ਼ੀਸ਼ਾ ਤੇ ਕੋਈ ਨਹੀਂ ਮੈਂ ਤੇਰੇ ਲੱਕ ਹੀ ਪੰਨਾ ਉਹ ਬੰਦਾ ਤੇਲ ਪਾ ਰਿਹਾ ਤੇ ਉਹਨੂੰ ਕਹਿੰਦਾ ਯਾਰ ਮੇਰੇ ਪੈਰ ਤੇ ਧਵਾ ਦੇ ਇਹ ਵੀ ਜਾ ਕੇ ਮੋਟਰਸਾਈਕਲ ਲੈ ਕੇ ਗਿਆ ਪੈਟਰੋਲ ਪੰਪ ਤੇ ਜਾ ਕੇ ਨਾ 20 ਦਾ ਤੇਲ ਪਾ ਦਿਓ ਕਹਿੰਦਾ ਭਾਈ ਟੈਂਕੀ 'ਚ ਰਹਿਣ ਦਿਓ ਕੰਨ ਇੱਧਰ ਕਰੋ ਮੈਂ ਉੱਥੇ ਪਾ ਦਿਆ ਅੱਛਾ ਸਾਡੇ ਮੁਲਕ ਦੇ ਵਿੱਚ ਅਮੂਮਨ ਜਿਹੜਾ ਹੈ ਨਾ ਹੁਣ ਪਹਿਲਾਂ ਹੁੰਦਾ ਸੀ ਮੇਰੇ ਸ਼ਹਿਰ ਫੈਸਲਾਬਾਦ 'ਚ ਬੜੀ ਜੁਗਤ ਹੁੰਦੀ ਓਏ ਹੋ ਲੇਕਿਨ ਫੈਸਲਾਬਾਦ ਬਾਰੇ ਮੈਂ ਰਾਮਦਾਸ ਸਾਹਿਬ ਇਹ ਕਹਿਣਾ ਹੁੰਦਾ ਕਿ ਇੰਨਾ ਕੱਪੜਾ ਨਹੀਂ ਬਣਦਾ ਜਿੰਨੀ ਜੁਗਤ ਬਣਦੀ ਬੜੀ ਮੈਂ ਕਿਹਾ ਉਹਨਾਂ ਨੂੰ ਬੰਦਾ ਕੋਈ ਨਾ ਲੱਭੇ ਘੰਟਾ ਘਰ ਨੂੰ ਜੁਗਤ ਕਰਦੇ ਓਏ ਹੋਏ ਮੈਂ ਉਹ ਤੈਨੂੰ ਕੀ ਹੈ ਵੀਰੇ ਕਰੀ ਜਾ ਘੰਟੇ ਬਾਅਦ ਟਨ ਟਨ ਤੈਨੂੰ ਕੰਮ ਤੇ ਜਾਣਾ ਪਵੇ ਮੈਂ ਤੈਨੂੰ ਵੇਖਾਂ ਤੂੰ ਟਨ ਟਨ ਕਿਵੇਂ ਕਰਨਾ ਮੇਰੇ ਖੇਤੋਂ ਦੀ ਗੱਲ ਉਹ ਮੈਂ ਸੱਚੀ ਮੁੱਚੀ ਮਾਈ ਦੀ ਝੁੱਕੀ ਗਿਆ ਇਹ ਮੇਰੇ ਸਾਹਮਣੇ ਵਾਕਿਆ ਹੋਇਆ ਫਿਰ ਥੀਏਟਰ ਤੇ ਪਹਿਲੀ ਵਾਰੀ ਮੈਂ ਕੀਤੀ ਉਹਨਾਂ ਬਾਹਰ ਮਾਈਆਂ ਬੈਠੀਆਂ ਤੇ ਉਹ ਇੱਕ ਬੰਦਾ ਕਹਿੰਦਾ ਅੰਮਾ ਜੀ ਜੁਆ ਕੱਢਣ ਦੇ ਨੂੰ ਤੁਹਾਨੂੰ ਪਤਾ ਮਾਈਆਂ ਅਕਸਰ ਧੁੱਪ ਸੇਕਣ ਲਈ ਸਰਦੀਆਂ 'ਚ ਬਾਹਰ ਤੇ ਕਹਿੰਦਾ ਅੰਮਾ ਜੀ ਜੁਆ ਕੱਢਣ ਦੇ ਤੂੰ ਕੁੰਗੀਆਂ ਫੇਰਨ ਡਈ ਕੰਘੀ ਫੇਰਨ ਡਈ ਕਮਾਈ ਦੂ ਜੀ ਮਾਈ ਨੂੰ ਤੇ ਕਹਿੰਦੀ ਨਹੀਂ ਪੁੱਤ ਦੁਬਈ ਦੇ ਵੀਜ਼ੇ ਲਾਉਣ ਡਿਆ ਫਿਰ ਕਹਿੰਦਾ ਅੰਮਾ ਜੀ ਕੱਚੀ ਬਾਤੀ ਕਹਿੰਦੀ ਪੁੱਤ ਟੱਕਰ ਮਾਰ ਕੇ ਵੇ ਉਹ ਬੰਦਾ ਦੁਕਾਨ ਦੇ ਅੱਗੇ ਸੌਂ ਗਿਆ ਹੈ ਇਹ ਕਿਹਾ ਰੋਜ਼ਾ ਸੀ ਤੇ ਉਹ ਸੌਂ ਗਿਆ ਬੰਦਾ ਬਾਹਰ ਕਹਿੰਦਾ ਭਾਜੀ ਉੱਠੋ ਇਹ ਮੇਰੀ ਦੁਕਾਨ ਹੈ ਕਹਿੰਦਾ ਤੂੰ ਆਈ ਨਾਲ ਦੀ ਖੋ ਖਾਨ ਸਾਹਿਬ ਦਵਾਣਾ ਲੈਣ ਗਏ ਨੇ ਤੇ 1 ਕਿਲੋ ਕੁਛ ਗ੍ਰਾਮ ਉੱਤੇ ਤੇ ਉਹ ਬੰਦਾ ਕਹਿੰਦਾ ਜੀ 1 ਕਿਲੋ ਕੁਛ ਗ੍ਰਾਮ ਹੈ ਕਹਿੰਦਾ ਜੀ ਤੁਸੀਂ ਉਤਲੇ ਗ੍ਰਾਮ ਲਾ ਲਓ ਕਿਲੋ ਦੇ ਦੇ ਉਹਨੇ ਕਿਹਾ ਗ੍ਰਾਮ ਮੈਂ ਕਿਹੜੇ ਲਾਉਣੇ ਨੇ ਰੰਗੀਲਾ ਬੜਾ ਪਿਆਰਾ ਜੀ ਇਹ ਗਿਆ ਆਪਣਾ ਜੀ ਤੋਂ ਪਾਕਿਸਤਾਨ 'ਚ ਉਹਨੂੰ ਜਾ ਕੇ ਫਾਦ ਮੁਸਤਫਾ ਕਹਿੰਦਾ ਕੌਣ ਸਾ ਡੱਬਾ ਖੋਲ੍ਹਿਆ ਤੇ ਘਬਰਾ ਕਹਿੰਦਾ ਰੋਟੀ ਵਾਲਾ ਔਰ ਜਿਹੜੀ ਵੱਡੀ ਆਵਾਜ਼ ਮਸ਼ਹੂਰ ਆਉਂਦੀ ਹੈ ਨਾ ਇਹ ਜਿਹੜੀ ਪਿੱਛੇ ਉਹ ਇਹਦੀ ਲੈ 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 ਇਹ ਵੀ ਫਾਦਮੋਸਵਾ ਸ਼ੋਅ ਦੇ ਵਿੱਚ ਗਏ ਨੇ ਤੇ ਇਹਨਾਂ ਦਾ ਨਾਮ ਨਿਕਲ ਆਇਆ ਆਪਣਾ ਕੱਪੜੇ ਧੋਣ ਵਾਲੀ ਮਸ਼ੀਨ ਉਹ ਕਹਿੰਦਾ ਸ਼ੋਅ ਤੋਂ ਬਾਅਦ ਤੁਹਾਨੂੰ ਮਿਲੇਗੀ ਕਹਿੰਦਾ ਨਹੀਂ ਦੇ ਦਿਓ ਮੈਂ ਇੱਥੇ ਰੱਖ ਕੇ ਵੇਖ ਲਵਾਂ